ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੁਲਾਇਆ ਬੋਲੀ ਤੀਰਾ ਤੂੰ ਸਾਹਿਬ ਗੁਣੀ ਗਹੀਰਾ, ਜਪ ਨਾਨਕ ਨਾਮ ਸਤ ਸਾਖੀ ਆਪਣੇ ਦਾਸ ਕੀ ਪੈਜ ਰਾਖੀ। ਬਿਸਮਾਰ ਅਥਾ ਅਗਨ ਤੇ ਤੁਲੈ ਜਿਉਂ ਬੁਲਾਵੈ ਤਿਉਂ ਨਾਨਕ ਦਾਸ ਬੁਲੈ। ਗੁਰੂ ਰੂਪ ਪਿਆਰੀ ਸਤਸੰਗ ਜੀ, ਸਤਿਗੁਰਾਂ ਜੀ ਦੀ ਅਪਾਰ ਕਿਰਪਾ ਦੁਆਰਾ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਉਹਨਾਂ ਜੀਵਨ ਦੀ ਕਥਾ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਜੀ ਦੇ ਕੀਤੇ ਪਰਉਪਕਾਰ ਪੂਰਾ ਸੰਸਾਰ ਨਹੀਂ ਭੁਲਾ ਸਕਦਾ। ਜੋ ਸਤਿਗੁਰੂ ਜੀ ਨੇ ਸੰਸਾਰ ਵਿੱਚ ਵਡਿਆਈਆਂ ਦਿੱਤੀਆਂ, ਅਸੀਸਾਂ ਦਿੱਤੀਆਂ, ਸਤਿਗੁਰੂ ਜੀ ਦੀ ਕਿਰਪਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ। ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਨਾਮ ਰੱਖਿਆ ਚੱਕ ਰਾਮਦਾਸ, ਫਿਰ ਨਾਮ ਰੱਖਿਆ ਗਿਆ ਰਾਮਦਾਸਪੁਰ। ਉਪਰੰਤ ਗੁਰੂ ਪਾਤਸ਼ਾਹ ਜੀ ਨੇ ਜੋ ਉਤਾਰ ਸੰਪੂਰਨ ਕੀਤਾ, ਗੁਰੂ ਘਰ ਦੀ ਸਥਾਪਨਾ ਹੋਈ, ਨਾਮ ਰੱਖਿਆ ਅੰਮ੍ਰਿਤਸਰ। ਸਤਿਗੁਰੂ ਜੀ ਨੇ ਇੱਕ ਬਹੁਤ ਵੱਡਾ ਪਰਉਪਕਾਰ ਕਿਸੇ ਇੱਕ ਸ਼ਹਿਰ, ਕਿਸੇ ਇੱਕ ਦੇਸ਼, ਇਸ ਦੁਨੀਆ 'ਤੇ ਨਹੀਂ ਪੂਰੀ ਸ੍ਰਿਸ਼ਟੀ 'ਤੇ ਇੱਕ ਵੱਡਾ ਪਰਉਪਕਾਰ ਕੀਤਾ, ਜੋ ਸੱਚ ਦਾ ਰਾਹ ਦਿਖਾਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 1604 ਵਿੱਚ ਆਦਿ ਗ੍ਰੰਥ ਦੀ ਸੰਪੂਰਨਤਾ ਕੀਤੀ। ਨਾਮ ਪੋਥੀ, ਗੁਰੂ ਪਾਤਸ਼ਾਹ ਨੇ ਆਖਿਆ ਪੋਥੀ ਪਰਮੇਸ਼ਰ ਕਾ ਥਾਨ। ਸਤਿਗੁਰੂ ਜੀ ਦੀ ਕਿਰਪਾ, ਭਾਈ ਗੁਰਦਾਸ ਜੀ ਨੇ ਲਿਖਤ ਕੀਤੀ, ਸਤਿਗੁਰ ਦੀ ਬਖਸ਼ਿਸ਼ ਹੋਈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਵਰੂਪ ਆਦਿ ਗ੍ਰੰਥ ਦੇ ਨਾਮ ਨਾਲ 1604 ਵਿੱਚ ਸੰਪੂਰਨ ਹੋਈ। ਸਤਿਗੁਰ ਜੀ ਨੇ ਦਇਆ ਕਰਕੇ, ਤਰਸ ਕਰਕੇ ਸਾਡੇ ਤੀ ਗੁਰੂ ਅਮਰਦਾਸ ਪਾਤਸ਼ਾਹ ਦਾ ਬਚਨ ਸੀ, ਦੋਇਤਾ ਬਾਣੀ ਕਾ ਬੋਇਤਾ। ਸਤਿਗੁਰ ਜੀ ਨੇ ਕਿਰਪਾ ਕਰਕੇ, ਬਖਸ਼ਿਸ਼ਾਂ ਕਰਕੇ ਪੂਰੇ ਸੰਸਾਰ ਦੇ ਧਾਰਨ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਤਾ ਸੀ ਜੋ ਜੋ ਬਾਣੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਤੱਕ ਬਾਣੀ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮੁੱਖੋਂ ਉਚਾਰੀ ਹੋਈ ਬਾਣੀ ਧੁਰਕੀ ਬਾਣੀ ਹੈ, ਉਸ ਬਾਣੀ ਦੇ ਵਿੱਚ ਮਿਲਾਵਟ ਹੋਣ ਲੱਗੀ। ਗੁਰੂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਹੋਰ ਸਾਰੇ ਸਿੱਖਾਂ ਨੂੰ ਆਖਿਆ ਕਿ ਤਿਆਰੀ ਕਰੋ, ਬਾਣੀ ਇਕੱਤਰ ਕਰਨੀ ਹੈ। ਸਤਿਗੁਰੂ ਜੀ ਨੇ ਉਹ ਬਾਣੀ ਇਕੱਤਰ ਕੀਤੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਦੇਖੋ ਕੈਸੀਆਂ ਬਖਸ਼ਿਸ਼ਾਂ। ਭਾਈ ਗੁਰਦਾਸ ਜੀ ਜਿਨ੍ਹਾਂ ਨੇ ਭਾਦੋਂ ਦੀ ਇੱਕ ਸੰਮਤ 1 ਅਗਸਤ 1604 ਵਾਲੇ ਦਿਨ ਸਾਰੇ ਸਿੱਖਾਂ ਨੇ ਰਲ ਕਰਕੇ ਉੱਦਮ ਸਦਕਾ ਇਹ ਸੰਕਲਨ ਮੁਕੰਮਲ ਹੋਇਆ। ਉਸ ਤੋਂ ਬਾਅਦ ਇਸ ਗ੍ਰੰਥ ਦਾ ਤਤਕਰਾ ਅਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਈ। ਸਤਿਗੁਰੂ ਜੀ ਨੇ ਕਿਰਪਾ ਕੀਤੀ, 7000 ਸ਼ਬਦਾਂ ਦਾ ਇਸ ਸੰਗ੍ਰਹਿ
ਉਸ ਸਮੇਂ ਪਹਿਲੇ ਪੰਜ ਗੁਰੂਆਂ ਦੀ ਬਾਣੀ ਔਰ ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ ਦੇ 15 ਭਗਤ, 11 ਭੱਟ, 4 ਗੁਰਸਿੱਖਾਂ ਦੀ ਬਾਣੀ ਗੁਰੂ ਪਾਤਸ਼ਾਹ ਜੀ ਨੇ ਦਰਜ ਕਰਵਾਈ। ਅਲੱਗ ਅਲੱਗ ਧਰਮਾਂ ਦੀ ਭਗਤ ਸਤਿਗੁਰੂ ਜੀ ਨੇ ਵਡਿਆਈ ਦਿੱਤੀ। ਇਹ ਮਹਾਨ ਗ੍ਰੰਥ 1430 ਅੰਗ ਗੁਰੂ ਪਾਤਸ਼ਾਹ ਜੀ ਨੇ ਸੰਪੂਰਨ ਕੀਤੇ। ਇਹ ਪੂਰੀ ਸ੍ਰਿਸ਼ਟੀ 'ਤੇ ਗੁਰੂ ਪਾਤਸ਼ਾਹ ਨੇ ਪਰਉਪਕਾਰ ਕੀਤਾ। ਕੀ ਹੈ ਇਹ ਬਾਣੀ ਦੇ ਵਿੱਚ, ਇਸ ਗ੍ਰੰਥ ਦੇ ਵਿੱਚ ਕੀ ਸੀ? ਗੁਰੂ ਕੀ ਸਾਸਨ ਜੀਓ, ਸਭ ਤੋਂ ਪਹਿਲਾਂ ਇਸ ਬਾਣੀ ਦੇ ਵਿੱਚ, ਇਸ ਗ੍ਰੰਥ ਦੇ ਵਿੱਚ ਉਹ ਸੱਚ ਸੀ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ। ਫਿਰ ਉਸ ਸੱਚੇ ਭਗਤਾਂ ਗੁਰੂਆਂ ਉਹਨਾਂ ਦੀ ਪਾਵਨ ਪਵਿੱਤਰ ਬਾਣੀ ਸੀ ਜਿਨ੍ਹਾਂ ਨੇ ਗ੍ਰਸਥ ਜੀਵਨ ਵਿੱਚ ਰਹਿ ਕੇ ਇਹ ਬਾਣੀ ਉਚਾਰਨ ਕੀਤੀ, ਸੱਚ ਨੂੰ ਘੁਮਾਇਆ। ਉਸ ਸੱਚ ਨੂੰ ਦੁਨੀਆਂ ਨਮਸਕਾਰ ਕਰਦੀ ਹੈ ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਨ ਹੈ ਪ੍ਰਤੱਖ ਗੁਰਨ ਸਤਾਰੇ। ਸਤਿਗੁਰ ਜੀ ਨੇ ਕਿਰਪਾ ਕੀਤੀ, ਇਸ ਪਾਵਨ ਪਵਿੱਤਰ ਬਾਣੀ ਦੇ ਵਿੱਚ ਆਰੰਭਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਖਸ਼ੇ ਮੂਲ ਮੰਤਰ ਦੁਆਰਾ ਕੀਤੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ। ਆਰੰਭਤਾ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਉਚਾਰੀ ਹੋਈ। ਜਪ, ਜਿਸ ਨੂੰ ਅਸੀਂ ਜਪਜੀ ਸਾਹਿਬ ਹੀ ਆਖਦੇ ਹਾਂ, ਜਪ ਬਾਣੀ ਦੇ ਕੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਪਾਵਨ ਪਵਿੱਤਰ ਬਾਣੀ ਕਿਸੇ ਰਾਗ ਵਿੱਚ ਨਹੀਂ ਹੈ, ਸਲੋਕ 12 ਤੇ ਵਧੀਕ ਇਹ ਵੀ ਰਾਗਾਂ ਵਿੱਚ ਨਹੀਂ ਹਨ, ਸਲੋਕ ਮਹੱਲਾ 9 ਇਹ ਵੀ ਕਿਸੇ ਰਾਗ ਵਿੱਚ ਅੰਕਿਤ ਨਹੀਂ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਸ਼ ਐਸੀ ਕੀਤੀ, 31 ਰਾਗਾਂ ਵਿੱਚ ਮੇਲ ਕਰਕੇ ਇਹਨਾਂ ਦਾ ਸੁਮੇਲ ਕੀਤਾ, 31 ਰਾਗਾਂ ਵਿੱਚ ਬਾਣੀ ਦਰਜ ਹੋਈ। ਸਤਿਗੁਰੂ ਜੀ ਦੀ ਕਿਰਪਾ, ਸ਼੍ਰੀ ਰਾਗ ਤੋਂ ਆਰੰਭਤਾ ਕੀਤੀ ਗੁਰੂ ਪਾਤਸ਼ਾਹ ਜੀ ਨੇ। ਸ਼੍ਰੀ ਰਾਗ, ਮਾਜ ਰਾਗ, ਗੌੜੀ ਰਾਗ, ਆਸਾ ਰਾਗ, ਗੁਜਰੀ ਰਾਗ, ਦੇਵ ਗੰਧਾਰੀ ਰਾਗ, ਵਿਹਾਗੜਾ ਰਾਗ, ਵਡਹੰਸ ਰਾਗ, ਸੁਰਠ ਰਾਗ, ਧਨਾਸਰੀ ਰਾਗ, ਜਗਸਰੀ ਰਾਗ, ਟੋਡੀ ਰਾਗ, ਬੈਰਾੜੀ ਰਾਗ, ਤਿਲੰਗ ਰਾਗ, ਸੂਹੀ ਰਾਗ, ਬਿਲਾਵਲ ਰਾਗ, ਗੌਂਡ ਰਾਗ, ਰਾਮਕਲੀ ਰਾਗ, ਜਿਹੜਾ ਅਸੀਂ ਰਾਮਕਲੀ ਮਹੱਲਾ 3 ਅਨੰਦ ਸਾਹਿਬ ਦੀ ਬਾਣੀ ਵੀ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਰਾਮਕਲੀ ਸੱਦ ਵੀ ਹਨ। ਰਾਮਕਲੀ ਰਾਗ ਗੁਰੂ ਪਾਤਸ਼ਾਹ ਜੀ ਨੇ ਤੁਖਾਰੀ ਰਾਗ, ਕੇਦਾਰ ਰਾਗ, ਭੈਰੂ ਰਾਗ, ਬਸੰਤ ਰਾਗ, ਸਮੇਂ ਅਨੁਸਾਰ ਰੁੱਤਾਂ ਅਨੁਸਾਰ ਵੀ ਰਾਗ ਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਦਰਜ ਕਰਾਈ। ਬਸੰਤ ਰਾਗ ਜੀ ਦਾ ਆਪ ਜੀ ਨੂੰ ਪਤਾ ਹੈ, ਬਸੰਤ ਰਾਗ ਦਾ ਗਾਇਨ ਮਾਘੀ 1 ਮਾਘ ਤੋਂ ਆਰੰਭਤਾ ਕਰਕੇ ਗੁਰੂ ਕੇ ਸਿੱਖ ਹਰੇਕ ਗੁਰੂ ਕਾ ਕੀਰਤਨੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮਾਘੀ ਦੀ ਪਹਿਲੀ ਰਾਤ ਤੋਂ ਇਹ ਪਾਤਸ਼ਾਹ ਜੀ ਦੀ ਅਰਦਾਸ ਹੁੰਦੀ ਹੈ ਬਸੰਤ ਰਾਗ ਦੀ। ਬਸੰਤ ਰਾਗ ਦੀ ਆਰੰਭਤਾ ਜੋ ਕਿ ਹੋਲੇ ਮਹੱਲੇ ਵਾਲੇ ਦਿਨ ਇਸ ਬਸੰਤ ਰਾਗ ਦੀ ਸਮਾਪਤੀ ਹੁੰਦੀ ਹੈ, ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੇ ਗੁਰੂ ਕੇ ਕੀਰਤਨੀਏ ਜਿਹੜੀ ਵੀ ਆਪਣੀ ਚੌਕੀ ਸ਼ਬਦ ਦੀ ਆਰੰਭਤਾ ਕਰਦੇ ਹਨ ਬਸੰਤ ਰਾਗ ਤੋਂ ਆਰੰਭ ਕਰਕੇ ਬਸੰਤ ਰਾਗ ਦੀ ਪੌੜੀਆਂ 'ਤੇ ਸਮਾਪਤੀ ਕਰਦੇ ਹਨ। ਮਾਘ ਦੇ ਮਹੀਨੇ ਤੋਂ ਲੈ ਕੇ
ਹੋਲੇ ਮਹੱਲੇ ਤੱਕ ਇਹ ਬਸੰਤ ਰਾਗ ਗਾਇਆ ਜਾਂਦਾ ਹੈ। ਫਿਰ ਸਾਰੰਗ ਰਾਗ, ਮਲਾਰ ਰਾਗ ਜਿਹੜਾ ਸਾਵਣ ਨਾਲ ਗੁਰੂ ਕੇ ਕੀਰਤਨੀ ਉਸ ਸਮੇਂ ਵੀ ਰਾਗ ਗਾਉਂਦੇ ਹਨ। ਕਾਂਜਣਾ ਰਾਗ, ਕਲਿਆਣ ਰਾਗ, ਪ੍ਰਭਾਤੀ ਰਾਗ, ਜੈਜਾਵੰਤੀ ਰਾਗ 1352 ਅੰਗ 'ਤੇ ਅੰਕਿਤ ਹੈ। 1353 ਅੰਗ ਤੱਕ ਇਹ ਰਾਗ ਜੈਤ ਸ੍ਰੀ ਮਹੱਲਾ ਨੌਵਾਂ ਕੇਵਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਇਸ ਰਾਗ ਵਿੱਚ ਹੈ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਸਲੋਕ, ਸੰਸਕ੍ਰਿਤੀ, ਗਾਥਾ, ਪੁਨੇ ਚੌਬਲੇ ਦੀ ਬਾਣੀ 1360 ਅੰਕ 'ਤੇ ਅੰਕਿਤ ਹੈ। ਸਲੋਕ ਕਬੀਰ ਜੀ ਕੀ, ਭਗਤ ਕਬੀਰ ਜੀ ਸ਼੍ਰੋਮਣੀ ਭਗਤ ਹੋਏ ਕਿਉਂਕਿ 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ, 4 ਗੁਰਸਿੱਖਾਂ ਦੀ ਬਾਣੀ ਹੈ। ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਤਨੀ ਵਡਿਆਈ ਦਿੱਤੀ। ਹਰੇਕ ਭਗਤ ਦੇ ਨਾਲ ਲਿਖਿਆ ਬਾਣੀ ਭਗਤ ਕਬੀਰ ਜੀ ਕੀ, ਸਨਮਾਨ ਦੇ ਕੀ, ਬਾਣੀ ਭਗਤ ਰਵਿਦਾਸ ਜੀ ਕੀ। ਸਾਰੇ ਭਗਤਾਂ ਨੂੰ ਮਾਣ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਆ ਉਹਨਾਂ ਦੀ ਬਾਣੀ ਉਚਾਰਨ ਤੋਂ ਪਹਿਲਾਂ। ਫਿਰ ਸਲੋਕ ਫਰੀਦ ਜੀ ਦੇ 1370 ਅੰਕ 'ਤੇ ਅੰਕਿਤ ਹਨ। ਭੱਟਾਂ ਦੇ ਸਵਈਏ, 11 ਭੱਟਾਂ ਨੇ ਜਿਹੜੇ ਸਵਈਏ ਉਚਾਰਨ ਕੀਤੇ, ਆਪ ਰੋਜ਼ਾਨਾ ਸਰਵਣ ਕਰਦੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਹੋਣ ਸਮੇਂ ਭੱਟਾਂ ਦੇ ਸਵਈਏ ਗਏ ਜਾਂਦੇ ਹਨ। ਉਹ ਗੁਰੂ ਪਾਤਸ਼ਾਹ ਨੇ ਉਸ ਤੋਂ ਬਾਅਦ 1410 ਅੰਕ 'ਤੇ ਸਲੋਕ ਅਤੇ ਵਾਰਾਂ ਵਧੀਕ ਅੰਕਿਤ ਹਨ। ਸਲੋਕ ਵਾਰਾਂ ਤੋਂ ਵਧੀਕ ਜਿਹੜੇ ਹਨ, ਸਲੋਕ ਪਹਿਲਾਂ ਵਾਰਾਂ ਦਰਜ ਹਨ, ਜਿਹੜੇ ਕੁਝ ਸਲੋਕ ਵਧੀਕ ਹਨ ਉਹ ਦਰਜ ਕੀਤੇ, ਫਿਰ ਮੁਦਾਵਣੀ ਸਲੋਕ, ਉਪਰੰਤ ਰਾਗਮਾਲਾ। 1430 ਅੰਗ ਇਹ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਦਿ ਗ੍ਰੰਥ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪੂਰੀ ਸ੍ਰਿਸ਼ਟੀ 'ਤੇ ਪਰਉਪਕਾਰ ਕੀਤਾ, ਬਾਣੀ ਦਾ ਜਹਾਜ਼ ਤਿਆਰ ਕੀਤਾ। ਨਾਮ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਿਆ, ਪੋਥੀ ਪਰਮੇਸ਼ਰ ਕਾ ਥਾਨ ਆਦਿ ਗ੍ਰੰਥ ਨਾਮ ਰੱਖਿਆ ਉਹਨਾਂ ਨੇ। ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ 22 ਰਾਗਾਂ ਦੇ ਵਿੱਚ ਉਹਨਾਂ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ ਅਤੇ ਭਗਤ ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਵੀ ਹਨ। ਸਤਿਗੁਰ ਦੀ ਕੈਸੀ ਕਿਰਪਾ ਦੇਖੋ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਦਇਆ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਉਹ ਪਰਉਪਕਾਰ ਕੀਤਾ ਸੰਸਾਰ 'ਤੇ ਜਿਸ ਦੇਣ ਕੋਈ ਨਹੀਂ ਦੇ ਸਕਦੀ। ਬਹੁਤ ਸਾਰੇ ਹਿੰਦੂ ਸਰਸਵਤ ਬ੍ਰਾਹਮਣ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸ਼ਬਦ ਦੀ ਪਾਲਣਾ ਕਰਦੇ ਸਨ, ਸ਼ਬਦ ਨਾਲ ਜੁੜੇ ਸਨ, ਬਾਣੀ ਉਚਾਰਨ ਕਰਦੇ ਸਨ, ਉਹ ਭੱਟਾਂ ਵਜੋਂ ਜਾਣੇ ਜਾਂਦੇ ਸਨ। ਭੱਟ ਉਹਨਾਂ ਭੱਟਾਂ ਦੀ ਬਾਣੀ ਇਹ 11 ਭੱਟ ਹਨ, ਸਿੱਖ ਭੱਟ ਵੀ ਆਖਦੇ ਹਾਂ, ਜਿਨ੍ਹਾਂ ਦੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹਨ। ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਵੀ ਸਤਿਕਾਰ ਦਿੱਤਾ। ਭੱਟ ਕਲੇਸ਼ਰ ਜੀ, ਭੱਟ ਬਲ ਜੀ, ਭੱਟ ਕਲ ਜੀ, ਭੱਟ ਪਿੱਕਾ ਜੀ, ਭੱਟ ਗਯੰਦ ਜੀ, ਭੱਟ ਹਰਬੰਸ ਜੀ, ਭਾਈ ਜਲਪ, ਭੱਟ ਕਿਰਤ ਜੀ, ਭੱਟ ਮਥੁਰਾ ਜੀ, ਜਿਨ੍ਹਾਂ ਦੇ ਅਸੀਂ ਸ਼ਬਦ ਕਈ ਸੁਣਦੇ ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਉਸਤਤ ਵਿੱਚ ਤੱਤ ਵਿਚਾਰ ਇਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ। ਪਰ ਇਹ ਮਥੁਰਾ ਸ਼ਹਿਰ ਦਾ ਨਾਮ ਨਹੀਂ ਹੈ, ਇਹ ਭੱਟ ਜੀ ਦਾ ਨਾਮ ਹੈ, ਇਹ ਇਹਨਾਂ ਨੇ ਉਚਾਰਨ ਕੀਤੀ ਹੈ ਭਨ ਮਥੁਰਾ। ਗੁਰੂ ਪਾਤਸ਼ਾਹ ਦੀ ਕੈਸੀ ਕਿਰਪਾ, ਭੱਟ ਨਾਲ ਜੀ, ਭੱਟ ਸਲਾਹ ਜੀ, ਗੁਰੂ ਦੀ ਕਿਰਪਾ ਬਖਸ਼ਿਸ਼ ਹੋਈ, 11 ਭੱਟਾਂ ਦੀ ਬਾਣੀ ਦਰਜ ਹੋਈ। ਭੱਟ ਕਲ ਜੀ, ਉਹਨਾਂ ਦਾ ਸ਼ਬਦ ਅਸੀਂ ਪੜ੍ਹਦੇ ਹਾਂ, ਸੋ ਕੋ
ਅਟਲ ਗੁਰ ਸੇਵੀ ਹੈ, ਇਹ ਉਹਨਾਂ ਦਾ ਨਾਮ ਹੈ। ਕਈ ਵਾਰੀ ਅਸੀਂ ਉਚਾਰਨ ਕਰਦੇ ਹਾਂ ਅਟਲ ਨਹੀਂ, ਸੋ ਕਹੋ ਟਲ ਗੁਰ ਸੇਵੀ ਹੈ, ਐਨ ਸਹਿ ਸੁਭਾਈ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, 15 ਭਗਤ, 31 ਰਾਗ, 11 ਪੱਟਾਂ ਦੀ, 4 ਗੁਰਸਿੱਖਾਂ ਦੀ ਬਾਣੀ ਦਰਜ ਕੀਤੀ, ਔਰ ਗੁਰੂ ਬਖਸ਼ਿਸ਼ ਐਸੀ 33 ਵਾਰ ਬਾਣੀ, ਗੁਰੂ ਪਾਤਸ਼ਾਹ ਜੀ ਆਪਣੀ ਬਾਣੀ ਗੌੜੀ ਰਾਗ ਵਿੱਚ ਸੁਖਮਨੀ ਮਹੱਲਾ 5 ਆਪ ਸਰਵਣ ਕਰਦੇ ਹੋ, ਗਾਉਂਦੇ ਹੋ। ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤ ਗੁਰ ਏ ਨਮੈ, ਸ੍ਰੀ ਗੁਰਦੇਵ ਏ ਨਮੈ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 5 ਗੁਰੂਆਂ ਦੀ ਬਾਣੀ, 9ਵੇਂ ਪਾਤਸ਼ਾਹ ਦੀ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਅਦ ਵਿੱਚ ਅੰਕਿਤ ਕੀਤੀ। 6 ਗੁਰੂਆਂ ਦੀ ਬਾਣੀ ਇਸ ਕਰਕੇ ਹੈ। ਔਰ ਦੇਖੋ ਸਤਿਗੁਰ ਜੀ ਦੀ ਅਪਾਰ ਕਿਰਪਾ ਕਿਤਨੀ, ਬਹੁਤ ਸਰਲ ਭਾਸ਼ਾ ਇਹ ਬਾਣੀ, ਬਹੁਤ ਸਰਲ ਭਾਸ਼ਾ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਇਹ ਗ੍ਰੰਥ ਦਾ ਸੰਕਲਨ ਤਿਆਰੀ ਸਾਰੀ ਕੀਤੀ ਹੈ, ਜਿੱਥੇ ਅੱਜ ਉਹ ਸਥਾਨ ਹੈ ਗੁਰਦੁਆਰਾ ਰਾਮਸਰ ਸਾਹਿਬ। ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਧੰਨ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦੇ ਸਥਾਨ ਵੱਲ ਜਾਂਦੇ ਹਾਂ, ਬਿਲਕੁਲ ਸੱਜੇ ਹੱਥ ਇਹ ਸਥਾਨ ਹੈ ਗੁਰਦੁਆਰਾ ਰਾਮਸਰ, ਸਰੋਵਰ ਵੀ ਹੈ, ਉੱਥੇ ਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਇਕੱਤਰ ਕਰਕੇ ਭਗਤਾਂ ਦੀ, ਗੁਰਸਿੱਖਾਂ ਦੀ, ਗੁਰੂਆਂ ਦੀ ਬਾਣੀ, ਭੱਟਾਂ ਦੇ ਸਵਈਏ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਦਿ ਗ੍ਰੰਥ ਤਿਆਰ ਕੀਤੀ ਸਤਿਗੁਰੂ ਜੀ ਦੀ ਬਖਸ਼ਿਸ਼। ਇੱਕ ਹੋਰ ਦੇਖੋ ਗੁਰੂ ਦੀ ਕਿੰਨੀ ਕਿਰਪਾ, ਅਕਾਲ ਪੁਰਖ ਦੇ ਨਾਮ 33 ਵਾਰ ਇਸ ਆਦਿ ਗ੍ਰੰਥ ਵਿੱਚ ਕਿਸ ਤਰ੍ਹਾਂ ਹਨ, ਉਸ ਅਕਾਲ ਪੁਰਖ ਦੇ ਬੇਅੰਤ ਨਾਮ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਭਗਤ ਫਰੀ ਜੀ ਦੇ ਸਲੋਕਾਂ ਦੇ ਇਹ ਸੰਗ੍ਰਹਿ ਵੀ ਹਨ, ਭਗਤ ਕਬੀਰ ਜੀ ਦੇ 243 ਇਹਨਾਂ ਸਲੋਕਾਂ ਵਿੱਚ ਗੁਰੂ ਸਾਹਿਬਾਨਾਂ ਦੇ, ਕੁਝ ਭਗਤ ਫਰੀ ਜੀ ਦੇ 130 ਸਲੋਕ ਹਨ। ਆਦਿ ਗ੍ਰੰਥ ਵਿੱਚ ਅਕਾਲ ਪੁਰਖ ਪਰਮਾਤਮਾ ਜੀ ਦੇ ਕਈ ਨਾਂ ਵਰਤੇ ਗਏ ਹਨ। ਗੁਰੂ ਕਿਰਪਾ ਕਰੇ ਆਪ ਸੰਗਤਾਂ ਦੀ ਅਸੀਸ ਸਦਕਾ ਇਹ ਨਾਮ ਜਿਹੜੇ ਵਰਤੇ ਗਏ ਹਨ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਜੀ ਨਾਲ ਸਾਂਝੇ ਕਰਨ ਲੱਗੀ ਹਾਂ। ਜਿਹੜਾ ਹਰ ਨਾਮ ਹੈ, ਹਰ ਹਰਿ ਨੂੰ ਸਿਹਾਰੀ, ਹਰ ਨਾਮ ਇਸ ਆਦਿ ਗ੍ਰੰਥ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 83 ਵਾਰ ਹਰ ਨਾਮ ਆਇਆ ਹੈ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਗੁਰੂ ਦੀ ਬਖਸ਼ਿਸ਼ ਇਹ ਹਰ ਨਾਮ। ਗੋਪਾਲ ਨਾਮ 491 ਵਾਰ ਦਰਜ ਹੈ। ਗੋਪਾਲ ਅਸੀਂ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ ਜੋ ਜੋ ਤੁਮਰੀ ਭਗਤ ਕਰਨ ਤੇ ਤਿਨਕੇ ਕਾਲ ਸਵਾਰਤਾ, ਹੇ ਗੋਬਿੰਦ ਹੇ ਗੋਪਾਲ, ਇਹ ਕਾਲ ਪੁਰਖ ਦੇ ਨਾਮ ਹਨ। ਕਰਤਾ 228 ਵਾਰ ਕਰਤਾ ਨਾਮ ਦਰਜ ਹੈ। ਇਹ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਕਰਤਾ ਪੜ੍ਹਦੇ ਹੋ, ਤੂੰ ਕਰਤਾ ਸਚਿਆਰ ਮੈਂਡਾ ਸਾਈ, ਕਰਤਾ ਤੋਂ ਭਾਵ ਕ੍ਰੀਏਟਿਵ, ਸਾਰੀ ਰਚਨਾ ਕਰਨ ਵਾਲਾ, ਉਹ ਅਕਾਲ ਪੁਰਖ, ਉਹਨਾਂ ਦਾ ਨਾਮ ਕਰਤਾ ਕਰਕੇ। ਫਿਰ ਪਰਮੇਸ਼ਰ ਨਾਮ 139 ਵਾਰ ਆਇਆ ਹੈ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅੰਤਰਜਾਮੀ 61 ਵਾਰ ਇਹ ਨਾਮ ਬਾਣੀ ਵਿੱਚ ਦਰਜ ਹੈ। ਅੰਤਰਜਾਮੀ, ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ, ਇਸੇ ਤਰ੍ਹਾਂ ਹੀ ਮੋਹਨ 54 ਵਾਰ ਦਰਜ ਹੈ।
ਮੋਹਨ ਸ਼ਬਦ ਗੁਰੂ ਪਾਤਸ਼ਾਹ ਜੀ ਨੇ 54 ਵਾਰ ਇਸ ਬਾਣੀ ਵਿੱਚ ਆਪ ਸ਼ਬਦਾਂ ਵਿੱਚ ਪੜ੍ਹਦੇ ਵੀ ਹੋ। ਅਤ ਪ੍ਰੀਤਮ ਮਨ ਮੋਹਨ, ਮੋਹਨ ਤੇਰੇ ਉੱਚੇ ਮੰਦਿਰ। ਇਸੇ ਤਰ੍ਹਾਂ ਨਿਰੰਕਾਰ ਸ਼ਬਦ 29 ਵਾਰ ਦਰਜ ਹੈ, ਜਪਜੀ ਸਾਹਿਬ ਤੋਂ ਅਰੰਭਤਾ ਹੈ। ਜੋਤ ਦੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੱਚਖੰਡ ਵਸੈ ਨਿਰੰਕਾਰ। ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ ਆਸਾ ਜੀ ਕੀ ਵਾਰ ਵਿੱਚ। ਨਿਰੰਕਾਰ ਸ਼ਬਦ ਗੁਰੂ ਪਾਤਸ਼ਾਹ ਜੀ ਨੇ 29 ਵਾਰ ਇਸ ਬਾਣੀ ਵਿੱਚ ਦਰਜ ਕੀਤਾ। ਔਰ ਰਾਮ ਸ਼ਬਦ ਜਿਹੜਾ ਹੈ 2533 ਵਾਰ, ਇਹ ਰਾਮ ਸ਼ਬਦ ਅਲੱਗ ਹੈ, ਜਿਹੜਾ ਘੱਟ ਘੱਟ ਵਿੱਚ ਰਮਿਆ ਹੈ ਉਸਨੂੰ ਰਾਮ ਆਖਿਆ ਗੁਰੂ ਪਾਤਸ਼ਾਹ ਜੀ ਨੇ। ਸਭੈ ਘੱਟ ਰਾਮ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਇਹ ਉਹ ਰਾਮ ਦੀ ਗੱਲ ਕੀਤੀ ਹੈ ਗੁਰੂ ਪਾਤਸ਼ਾਹ ਜੀ ਨੇ। ਗੋਬਿੰਦ ਸ਼ਬਦ 475 ਵਾਰ ਦਰਜ ਕੀਤਾ ਹੈ। ਹੇ ਗੋਬਿੰਦ, ਹੇ ਗੋਪਾਲ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਠਾਕੁਰ ਸ਼ਬਦ ਗੁਰੂ ਪਾਤਸ਼ਾਹ ਜੀ ਨੇ 216 ਵਾਰ ਅੰਕਿਤ ਕੀਤਾ। ਤੂੰ ਠਾਕੁਰ ਤੂੰ ਪੈ ਅਰਦਾਸ, ਪੜ੍ਹਦੇ ਹਾਂ ਰੋਜ਼ਾਨਾ। ਮੁਰਾਰੀ ਸ਼ਬਦ 97 ਵਾਰ, ਜਗਦੀਸ਼ ਸ਼ਬਦ 60 ਵਾਰ। ਔਰ ਦੇਖੋ ਅੱਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਪਾਤਸ਼ਾਹ ਜੀ ਨੇ 46 ਵਾਰ ਦਰਜ ਹੈ, 46 ਵਾਰ ਆਉਂਦਾ ਹੈ ਅੱਲਾ। ਕੋਈ ਬੋਲੇ ਰਾਮ ਰਾਮ, ਕੋਈ ਅਲਾਹੀ, ਅੱਲਾ ਪਾਕੰ ਪਾਕ ਹੈ, ਸਕ ਕਰੋ ਜੇ ਦੂਸਰ ਹੋਏ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕਿਤਨੀ ਅਪਾਰ ਕਿਰਪਾ। ਕ੍ਰਿਸ਼ਨ ਸ਼ਬਦ 22 ਵਾਰ ਦਰਜ ਹੈ, ਇਹ ਉਸ ਅਕਾਲ ਪੁਰਖ ਦੇ ਨਾਮ ਨਾਲ ਆਖਿਆ ਹੈ ਕ੍ਰਿਸ਼ਨ। ਪ੍ਰਭੂ ਸ਼ਬਦ 137 ਵਾਰ ਦਰਜ ਹੋਇਆ ਹੈ। ਪਰਮਾਤਮਾ 324 ਵਾਰ ਦਰਜ ਹੈ। ਪਰਮਾਤਮਾ ਕਈ ਵਾਰ ਅਸੀਂ ਅਰਦਾਸ ਬੇਨਤੀ ਕਰਦੇ ਹਾਂ, ਉਸ ਪਰਮਾਤਮਾ ਦਾ ਨਾਮ ਬਾਣੀ ਸ਼ਬਦ ਵਿੱਚ ਪੜ੍ਹਦੇ ਹਾਂ। ਦਾਤਾ ਸ਼ਬਦ 151 ਵਾਰ ਹੋਇਆ ਹੈ। ਤੂੰ ਦਾਤਾ ਜੀਆਂ ਸਭਨਾ ਕਾ, ਵਸੋ ਮੇਰੇ ਮਨ ਮਾਹੀ, ਗੁਰੰਕ ਦੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹ ਦਾਤਾ ਸ਼ਬਦ ਗੁਰੂ ਪਾਤਸ਼ਾਹ ਜੀ ਨੇ 151 ਵਾਰ ਦਰਜ ਕੀਤਾ। ਨਾਰਾਇਣ ਵੀ ਆਖਿਆ ਉਸ ਅਕਾਲ ਪੁਰਖ ਨੂੰ। ਭਗਤਾਂ ਨੇ ਵੀ ਕਈ ਸ਼ਬਦਾਂ ਵਿੱਚ ਨਾਰਾਇਣ ਆਖਿਆ ਹੈ। ਨਾਰਾਇਣ ਨਾਰਾਇਣ ਸਦਾ ਸਿਮਰ ਨਾਰਾਇਣ। ਸਤਨਾਮ 59 ਵਾਰ ਦਰਜ ਹੋਇਆ। ਸਤਨਾਮ ਪ੍ਰਭ ਕਾ ਸੁਖਦਾਈ। ਫਿਰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਉਸ ਅਕਾਲ ਪੁਰਖ ਦਾ ਨਾਮ ਭਗਵਾਨ। ਭਗਤਾਂ ਨੇ ਗੁਰੂਆਂ ਨੇ ਉਸ ਅਕਾਲ ਪੁਰਖ ਦਾ ਨਾਮ ਭਗਵਾਨ 30 ਵਾਰ ਦਰਜ ਹੈ। ਉਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਦੁਆਰਾ ਵਾਹਿਗੁਰੂ ਸ਼ਬਦ ਆਦਿ ਗ੍ਰੰਥ ਵਿੱਚ 13 ਵਾਰ ਦਰਜ ਹੈ। ਅਸੀਂ ਜਦੋਂ ਸ਼ਬਦ ਪੜ੍ਹਦੇ ਹਾਂ ਨਾ ਸੋਈਏ, ਉਸ ਦੇ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ। ਕਵਲ ਨੈਣ ਮਧੁਰ ਬੈਨ, ਕੋਟ ਸੈਨ ਸੰਗ ਸੋਧ, ਕਹਿਤ ਮਾਂ ਯਸ਼ੋਦ, ਜਿਸੈ ਦਹੀ ਭਾਤ ਖਾਏ ਜੀਓ। ਅਖਿਆਲ ਵਿੱਚ ਗੁਰੂ ਪਾਤਸ਼ਾਹ ਲਿਖਦੇ ਹਨ, ਸੱਚ ਸੱਤ ਤੇ ਗੱਲ ਕਰਦੇ ਹਨ ਗੁਰੂ ਪਾਤਸ਼ਾਹ ਜੀ। ਸੱਚ ਸਾਤ ਸ੍ਰੀ ਨਿਵਾਸ, ਆਦਿ ਪੁਰਖ ਸਦਾ ਤੋਂ ਹੀ ਵਾਹਿਗੁਰੂ 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 ਵਾਹੇ ਜੀਓ। 13 ਵਾਰ ਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ ਵਾਹਿਗੁਰੂ ਉਚਾਰਨ ਹੈ। ਬਾਬਾ ਸੁੰਦਰ ਜੀ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਹੈ ਨਾ ਬਾਬਾ ਸੁੰਦਰ ਜੀ।
ਰਾਗ ਰਾਮ ਕਲੀ ਵਿੱਚ ਹੈ ਜਿਹੜੇ ਅਸੀਂ ਸ਼ਬਦ ਬਾਣੀ ਵਿੱਚ ਪੜ੍ਹਦੇ ਹਾਂ। ਕਹਿ ਸੁੰਦਰ ਸੁਣੋ ਸੰਤੋ, ਉਹਨਾਂ ਦੀ ਬਾਣੀ ਦਰਜ ਹੈ। ਛੇ ਪੌੜੀਆਂ ਹੇਠ ਲਿਖੇ ਪੱਟਾਂ ਦੇ ਸਵਈਏ ਇਸ ਪ੍ਰਕਾਰ ਦਰਜ ਹਨ। ਗੁਰੂ ਨੇ ਕਿਰਪਾ ਕੀਤੀ ਹੈ, ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿਹੜੇ ਪੱਟਾਂ ਦੇ ਸਵਈਏ ਭਗਤਾਂ ਦੀ ਬਾਣੀ ਸਾਰੀ ਗੁਰੂ ਪਾਤਸ਼ਾਹ ਜੀ ਨੇ ਇਕੱਤਰ ਕਰਕੇ ਕਿਰਪਾ ਕਰਕੇ ਸਭ 'ਤੇ ਬਖਸ਼ਿਸ਼ ਕੀਤੀ। 15 ਭਗਤ ਜਿਹੜੇ ਹੋਏ ਪਾਵਨ ਪਵਿੱਤਰ, ਜਿਨ੍ਹਾਂ ਦੀ ਬਾਣੀ ਸੰਸਾਰ ਵਿੱਚ ਪਹਿਲਾਂ ਹੀ ਗਾਈ ਜਾਂਦੀ ਸੀ, ਬੋਲੀ ਜਾਂਦੀ ਸੀ। ਸ਼ੇਖ ਫਰੀਦ ਜੀ ਦੀ ਬਾਣੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਲਾਹੌਰ ਵਿਖੇ ਉਹ ਬਾਣੀ ਵੀ ਉਹਨਾਂ ਦੇ ਅੱਗੋਂ ਚੱਲ ਰਹੇ ਮੁਰੀਦਾਂ ਤੋਂ ਇਕੱਤਰ ਕੀਤੀ, ਕਿਉਂਕਿ ਸ਼ੇਖ ਫਰੀਦ ਜੀ ਭਗਤ ਫਰੀਦ ਜੀ 1100 ਈਸਵੀ ਵਿੱਚ ਹੋਏ ਸਨ। ਸ਼੍ਰੋਮਣੀ ਭਗਤ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਬਾਬਾ ਫਰੀਦ ਜੀ, ਭਗਤ ਰਾਮਾਨੰਦ ਜੀ, ਭਗਤ ਬੇਦੀ ਜੀ, ਭਗਤ ਨਾਮਦੇਵ ਜੀ, ਭਗਤ ਸਦਨਾ ਜੀ, ਭਗਤ ਭਿਖਣ ਜੀ, ਭਗਤ ਪਰਮਾਨੰਦ ਜੀ, ਭਗਤ ਸੈਨ ਜੀ, ਭਗਤ ਧੰਨਾ ਜੀ, ਜਿਨ੍ਹਾਂ ਦਾ ਅਸੀਂ ਸ਼ਬਦ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ ਜੋ ਜੋ ਤੁਮਰੀ, ਭਗਤ ਕਰਨ ਤੇ ਤਿੰਨ ਕੇ ਕਾ ਸਵਾਰਤਾ, ਦਾਲ ਸਿੱਧਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪੰਨੀਆਂ ਛਾਦਨ ਲੀਕਾ, ਅਨਾਜ ਮੰਗੋ ਸਤ ਸਿੱਕਾ, ਗੋ ਪੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਭਗਤ ਪੀਪਾ ਜੀ, ਭਗਤ ਸੂਰਦਾਸ ਜੀ, ਭਗਤ ਜੈਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਲੋਚਨ ਜੀ ਦਾ ਸ਼ਬਦ ਵੀ ਅਸੀਂ ਗਾਇਨ ਕਰਦੇ ਹਾਂ। ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੈ। ਇਹਨਾਂ ਭਗਤਾਂ ਦੀ ਬਾਣੀ ਨੂੰ, ਭੱਟਾਂ ਦੀ ਬਾਣੀ ਨੂੰ, ਗੁਰਸਿੱਖਾਂ ਦੀ ਬਾਣੀ ਨੂੰ ਗੁਰੂ ਪਾਤਸ਼ਾਹ ਨੇ ਇਤਨਾ ਮਾਣ ਸਤਿਕਾਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥ ਜਦੋਂ ਸੰਪੂਰਨਤਾ ਹੋਈ 1604 ਈਸਵੀ ਵਿੱਚ, ਗੁਰੂ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਸਾਡੇ ਤੇ, ਆਖਿਆ ਕਿ ਹੁਣ ਇਹ ਪੋਥੀ ਪਰਮੇਸ਼ਰ ਦਾ ਥਾਨ ਹੈ, ਇਹਨਾਂ ਨੂੰ ਅਸਥਾਨ ਦੇਣਾ ਹੈ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਿਰਪਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਪਾਤਸ਼ਾਹ ਜੀ ਸਤਿਗੁਰਾਂ ਜੀ ਦਾ ਪਾਵਨ ਪਵਿੱਤਰ ਇਹ ਜੋ ਸਵਰੂਪ ਤਿਆਰ ਹੋਇਆ, ਇਹ ਪੋਥੀ ਪਰਮੇਸ਼ਰ ਦਾ ਥਾਨ ਤਿਆਰ ਹੋਇਆ, ਆਪ ਜੀ ਗੁਰੂ ਸੰਗਤਾਂ ਸਾਰੀਆਂ ਲੈ ਕਰਕੇ ਖੁਸ਼ੀਆਂ ਖੇੜਿਆਂ ਦੇ ਨਾਲ ਇਤਨਾ ਮਾਣ ਸਤਿਕਾਰ ਬਖਸ਼ਿਆ ਇਹ ਬਾਣੀ ਨੂੰ ਗੁਰੂ ਪਾਤਸ਼ਾਹ ਜੀ ਨੇ। ਗੁਰੂ ਪਾਤਸ਼ਾਹ ਜੀ ਵਾਸਤੇ ਜੜਾ ਚਵਰ ਗੁਰੂਆਂ ਦੇ ਸਿਰ 'ਤੇ ਝੁੱਲੇ ਸਨ, ਉਹ ਆਖਿਆ ਇਹ ਚਵਰ ਆਦਿ ਗ੍ਰੰਥ ਇਸ ਬਾਣੀ 'ਤੇ ਝੁੱਲਿਆ ਕਰੇਗਾ। ਗੁਰੂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ, ਹੋਰ ਸਿੱਖ ਆਏ, ਉਹ ਪਾਵਨ ਪਵਿੱਤਰ ਸਰੂਪ ਜਿਨ੍ਹਾਂ ਨੇ ਆਪਣੇ ਸ਼ੀਸ਼ 'ਤੇ ਲਿਆ, ਗੁਰੂ ਪਾਤਸ਼ਾਹ ਨੇ ਆਪ ਚਵਰ ਵੀ ਕੀਤਾ। ਸ਼ਿਵਾ 'ਚ ਇੱਕ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਹੁੰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਪਾਤਸ਼ਾਹ ਜੀ ਨੇ ਆਖਿਆ ਹੁਣ ਇੱਥੇ ਕੋਈ ਹੋਰ ਗੱਦੀ ਨਹੀਂ ਲੱਗੇਗੀ, ਇੱਥੇ ਪੀੜਾ ਸਾਹਿਬ ਲਿਆਓ। ਪੀੜਾ ਸਾਹਿਬ ਤਿਆਰ ਕੀਤਾ, ਚੰਦੋਵਾ ਤਿਆਰ ਕੀਤਾ। ਤਖ਼ਤ ਚਵਰ ਦੇ ਮਾਲਕ ਜੁਗੋ ਜੁਗ ਅਟਲ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਉੱਥੇ ਸਵਰੂਪ ਵਿਰਾਜਮਾਨ ਕੀਤਾ। ਕੀਰਤਨ ਹੋਇਆ, ਸੰਗਤਾਂ ਆਈਆਂ, ਹੁਕਮ ਹੋਇਆ, ਗੁਰੂ ਪਾਤਸ਼ਾਹ ਨੇ ਪ੍ਰਕਾਸ਼ ਕਰਵਾਇਆ ਪਹਿਲੇ ਗ੍ਰੰਥੀ। ਕਿਤਨਾ ਮਾਣ ਬਖਸ਼ਿਆ ਗੁਰੂ ਪਾਤਸ਼ਾਹ ਨੇ, ਕਿਤਨਾ ਮਾਣ ਬਖਸ਼ਿਆ ਧੰਨ ਧੰਨ ਬਾਬਾ ਬੁੱਢਾ ਜੀ ਨੂੰ। ਬਾਬਾ ਬੁੱਢਾ ਜੀ ਨੂੰ ਆਖਿਆ ਸੀ ਕਿ ਆਪ ਜੀ ਪ੍ਰਕਾਸ਼ ਕਰੋ ਪੋਥੀ ਦਾ,
ਆਦਿ ਗ੍ਰੰਥ ਦਾ ਪ੍ਰਕਾਸ਼ ਕਰੋ ਔਰ ਜੋ ਬਾਣੀ ਦਾ ਸ਼ਬਦ ਆਏ ਉਸ ਨੂੰ ਉਸ ਅਕਾਲ ਪੁਰਖ ਦਾ ਹੁਕਮ ਮੰਨ ਕੇ ਸੰਗਤ ਵਿੱਚ ਸਰਵਣ ਕਰਾਓ। ਇਹ ਉੱਤੋਂ ਮਰਿਆਦਾ ਹੋਈ, ਜਿਹੜਾ ਵੀ ਸ਼ਬਦ ਪ੍ਰਕਾਸ਼ ਕਰਕੇ ਹੁਕਮ ਮੰਨਿਆ ਜਾਂਦਾ ਹੈ ਗੁਰੂ ਪਾਤਸ਼ਾਹ ਦਾ, ਅਕਾਲ ਪੁਰਖ ਦਾ ਹੁਕਮ ਆਇਆ ਉੱਥੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ। ਹੁਕਮਨਾਮਾ ਪਹਿਲਾ ਆਇਆ ਸੋਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇੱਕ ਸ਼ੁਕਰਾਨਾ ਸੀ ਸਤਿਗੁਰੂ ਜੀ ਦਾ, ਪਰ ਖੁਸ਼ੀਆਂ ਸੀ ਵੀ ਇਹ ਕਾਰਜ ਤੇ ਸਤਿਗੁਰੂ ਜੀ ਆਪ ਜੀ ਦੇ ਸਨ, ਆਪ ਨੇ ਮਿਹਰ ਕਰਕੇ ਬਖਸ਼ਿਸ਼ ਕਰਕੇ ਸੰਪੂਰਨਤਾ ਬਖਸ਼ੀ। ਦੇਖੋ ਗੁਰੂ ਕੀ ਸਤਸੰਗ ਜੀਓ, ਆਪ ਜੀ ਨੂੰ ਪਤਾ ਹੈ ਅੱਜ ਦੇ ਅਜੋਕੇ ਸਮੇਂ ਵਿੱਚ ਕੋਈ ਵੀ ਲਿਖਾਰੀ ਇੱਕ ਕੋਈ ਛੋਟੀ ਜਿਹੀ ਕਿਤਾਬ ਲਿਖਦਾ ਹੈ, ਕੋਈ ਕਵਿਤਾ ਲਿਖਦਾ ਹੈ, ਕੋਈ ਗੀਤ ਲਿਖਦਾ ਹੈ, ਉਸ ਦੇ ਵਿੱਚ ਉਹਨਾਂ ਨੇ ਅਖੀਰ ਦੇ ਵਿੱਚ ਜਾਂ ਰਮਤਾ ਵਿੱਚ ਆਪਣਾ ਨਾਮ ਦਰਜ ਕੀਤਾ ਹੁੰਦਾ ਹੈ। ਕੋਈ ਲੇਖ ਲਿਖਦਾ ਹੈ ਤਾਂ ਲਿਖਿਆ ਜਾਂਦਾ ਹੈ, ਕੋਈ ਗੀਤ ਲਿਖਦਾ ਹੈ ਗੀਤਕਾਰ, ਕੋਈ ਵੀ ਇੱਕ ਪੁਸਤਕ ਤਿਆਰ ਕਰੇ ਉਹ ਆਪਣਾ ਨਾਮ ਲਿਖਦਾ ਹੈ ਵੀ ਇਸਨੇ ਤਿਆਰ ਕੀਤੀ। ਗੁਰੂ ਅਰਜਨ ਪਾਤਸ਼ਾਹ ਦੀ ਕੈਸੀ ਕਿਰਪਾ, ਕੈਸੀ ਬਖਸ਼ਿਸ਼, ਇਤਨੀ ਨਿਮਰਤਾ, ਸ਼ਾਂਤੀ ਦੇ ਪੁੰਜ। ਜਦੋਂ ਸੰਪੂਰਨਤਾ ਹੋਈ, ਸਾਰੇ ਭਗਤਾਂ ਭੱਟਾਂ ਛੇ ਗੁਰੂਆਂ ਦੀ ਬਾਣੀ ਇਕੱਤਰ ਕਰਕੇ ਦਰਜ ਹੋਈ, ਅਖੀਰਲੇ ਗੁਰੂ ਪਾਤਸ਼ਾਹ ਜੀ ਨੇ ਰਾਗ ਮਾਲਾ ਤੋਂ ਪਹਿਲਾਂ ਕੀ ਲਿਖਿਆ? ਹੇ ਅਕਾਲ ਪੁਰਖ ਪਾਤਸ਼ਾਹ ਜੀ, ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਈ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਯਾਰੇ ਆਪੇ ਤਰਸ ਪਿਓਈ, ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਕੈਸੀ ਬਖਸ਼ੀ ਗੁਰੂ ਪਾਤਸ਼ਾਹ ਜੀ ਦੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇਤਨੀ ਨਿਮਰਤਾ। ਇਹ ਨਹੀਂ ਆਖਿਆ ਕਿ ਇਹ ਮੈਂ ਸੰਪੂਰਨ ਕਰਵਾਇਆ ਜਾਂ ਮੈਂ ਲਿਖਿਆ, ਸਤਿਗੁਰੂ ਨੇ ਆਖਿਆ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਜਿਹੜਾ ਕੁਝ ਤੂੰ ਮੇਰੇ ਲਈ ਕੀਤਾ ਹੈ ਅਕਾਲ ਪੁਰਖ ਪਾਤਸ਼ਾਹ, ਮੈਂ ਉਸ ਦੀ ਕਦਰ ਨਹੀਂ ਪਾਈ। ਹੇ ਪ੍ਰਭੂ, ਹੇ ਅਕਾਲ ਪੁਰਖ, ਤੂੰ ਮੈਨੂੰ ਆਪਣੀ ਸੇਵਾ ਦੇ ਲਾਇਕ ਬਣਾਇਆ ਹੈ, ਮੇਰੇ ਤੋਂ ਸੇਵਾ ਲਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਮੈਂ ਤੇ ਇੱਕ ਗੁਣਹੀਨ ਹਾਂ, ਮੇਰੇ ਵਿੱਚ ਕੋਈ ਨੇਕੀ ਨਹੀਂ ਕੋਈ ਗੁਣ ਨਹੀਂ, ਤੂੰ ਹੀ ਹੈ ਮੇਰੇ ਪਰਮਾਤਮਾ, ਹੈ ਮੇਰੇ ਸਾਈਂ, ਖੁਦ ਬਾ ਖੁਦ ਹੀ ਮੇਰੇ ਉੱਤੇ ਆਪ ਜੀ ਨੇ ਰਹਿਮਤ ਕੀਤੀ ਹੈ, ਮੇਰੇ 'ਤੇ ਤਰਸ ਕੀਤਾ ਹੈ, ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਹੇ ਅਕਾਲ ਪੁਰਖ ਪਾਤਸ਼ਾਹ, ਤੁਸੀਂ ਮੇਰੇ ਉੱਪਰ ਕਿਰਪਾਲਤਾ ਕੀਤੀ, ਆਪਣੀ ਮਿਹਰ ਮੇਰੇ 'ਤੇ ਬਰਸਾਈ, ਮੇਰੇ 'ਤੇ ਤਰਸ ਗਿਆ, ਮੈਂ ਹੁਣ ਸੱਚੇ ਗੁਰਦੇਵ ਆਪਣੇ ਉਸ ਮਿੱਤਰ ਨੂੰ ਮਿਲਿਆ ਹਾਂ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਜੀਵੈ ਹਰਿਆ, ਨਾਨਕ
ਜੇਕਰ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ ਕੇਵਲ ਤਦ ਹੀ ਮੈਂ ਜਿਉਂਦਾ ਹਾਂ। ਮੇਰੀ ਦੇਹ ਅਤੇ ਆਤਮਾ ਪ੍ਰਫੁੱਲਤ ਹਨ, ਮੇਰਾ ਤਨ ਮਨ ਦੋਵੇਂ ਹਰੇ ਰਹਿੰਦੇ ਹਨ। ਤਨ ਮਨ ਥੀਵੈ ਹਰਿਆ। ਇਹ ਕਾਰ ਪ੍ਰਭੂ ਤੁਸੀਂ ਬਖਸ਼ਿਸ਼ ਕਰਕੇ ਇਹ ਇਤਨੀ ਵੱਡੀ ਮਹਾਨ ਸੇਵਾ ਆਪਣੇ ਸੇਵਾਦਾਰਾਂ ਤੋਂ ਗੁਰਸਿੱਖਾਂ ਤੋਂ ਆਪ ਲਈ। ਸਤਿਗੁਰੂ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਆਦਿ ਗ੍ਰੰਥ ਦੇ ਪ੍ਰਕਾਸ਼ ਕਰਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪ ਗੁਰੂ ਪਾਤਸ਼ਾਹ ਉਸ ਤੋਂ ਬਾਅਦ ਪਲੰਗ 'ਤੇ ਨਹੀਂ ਬੈਠੇ ਕਦੇ ਵੀ। ਪਹਿਲਾਂ ਹਰਿਮੰਦਰ ਸਾਹਿਬ ਤਿਆਰ ਹੋਏ ਜਿੱਥੇ ਪ੍ਰਕਾਸ਼ ਹੋਇਆ ਪੀੜਾ ਸਾਹਿਬ 'ਤੇ, ਉਸ ਸਮੇਂ ਲੋਕ ਬੀੜ ਵੀ ਆਖਦਿਆ ਕਰਦੇ ਸਨ। ਫਿਰ ਕੋਠਾ ਸਾਹਿਬ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਵਿਸ਼ਰਾਮ ਕਰਦੇ ਸਨ, ਉੱਥੇ ਅਕਾਲ ਤਖ਼ਤ ਦੇ ਉੱਪਰ ਅੱਜ ਬਿਰਾਜਮਾਨ ਹੈ ਉਹ ਸਥਾਨ, ਕੋਠਾ ਸਾਹਿਬ ਗੁਰਦੁਆਰਾ ਕੋਠਾ ਸਾਹਿਬ ਕਹਿੰਦੇ ਹਨ। ਉੱਥੋਂ ਸਤਿਗੁਰਾਂ ਦੇ ਸਰੂਪ ਸੰਧਿਆ ਸਮੇਂ ਬਿਰਾਜਮਾਨ ਹੁੰਦੇ ਹਨ। ਉਹ ਆਨੋ ਸੁੱਖ ਦੇ ਸਾਨੂੰ ਸੁੱਖ ਦੇ ਨਾਲ ਇਹ ਸਰੂਪ ਲਿਜਾਏ ਜਾਂਦੇ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਉਸ ਸਮੇਂ ਤੋਂ ਬਾਅਦ ਆਪ ਪਲੰਗ 'ਤੇ ਬਿਰਾਜਮਾਨ ਨਹੀਂ ਹੋਏ, ਪਲੰਗ ਦੇ ਨੀਚੇ ਇੱਕ ਚਾਦਰ ਡਾ ਕੇ ਵਿਸ਼ਰਾਮ ਕਰਦੇ ਸਨ। ਉਹ ਅੱਜ ਵੀ ਮਰਿਆਦਾ ਹੈ ਕੋਟਾ ਸਾਹਿਬ ਵਿਖੇ ਜਿੱਥੇ ਸਤਿਗੁਰੂ ਜੀ ਦੇ ਸੁਖਾਸਨ ਸਵਰੂਪ ਹੁੰਦੇ ਹਨ ਨਾ, ਉੱਥੇ ਇੱਕ ਚਾਦਰ ਅੱਜ ਵੀ ਡਾਈ ਜਾਂਦੀ ਹੈ। ਗੁਰੂ ਕਿਰਪਾ ਕਰੇ ਇਹ ਗੁਰੂ ਪਾਤਸ਼ਾਹ ਜੀ ਦਾ ਪਰਉਪਕਾਰ ਪੂਰੀ ਸ੍ਰਿਸ਼ਟੀ 'ਤੇ ਕਦੇ ਨਹੀਂ ਭੁਲਾ ਸਕਦੀ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਇਕੱਤਰ ਕਰਕੇ, ਗੁਰੂ ਪਾਤਸ਼ਾਹ ਨੇ ਬਾਣੀ ਦਾ ਸੁਮੇਲ ਕਰਕੇ ਪੂਰੇ ਜਗਤ ਦੇ ਤਾਰਨ ਵਾਸਤੇ ਔਰ ਗੁਰਸਿੱਖਾਂ ਨੂੰ ਇਹ ਬਾਣੀ ਪੜ੍ਹਨ ਵਾਸਤੇ, ਗਾਇਣ ਵਾਸਤੇ, ਆਪਣੇ ਆਪਣੇ ਮਨ ਨੂੰ ਸਮਝਾਉਣ ਵਾਸਤੇ, ਕਲ ਯੁਗ ਨੂੰ ਤਾਰਨ ਵਾਸਤੇ ਇਹ ਆਦਿ ਗ੍ਰੰਥ ਦੀ ਸਥਾਪਨਾ 1604 ਈਸਵੀ ਨੂੰ ਗੁਰੂ ਪਾਤਸ਼ਾਹ ਨੇ ਕੀਤੀ, ਮਿਹਰ ਕੀਤੀ। ਔਰ ਸਤਿਗੁਰ ਕਿਰਪਾ ਕਰੀਏ ਅਸੀਂ ਸਾਰੇ ਵੀ ਗੁਰੂ ਪਾਤਸ਼ਾਹ ਜੀ ਦੇ ਦੱਸੇ ਹੋਏ ਉਹਨਾਂ ਉਪਦੇਸ਼ਾਂ 'ਤੇ ਚੱਲੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਆਪ ਪੜ੍ਹਿਆ ਕਰੀਏ, ਸੁਣਿਆ ਕਰੀਏ, ਮਨ ਕਰਕੇ ਬਾਣੀ ਪੜ੍ਹੀਏ, ਸੁਣੀਏ, ਗੁਰਬਾਣੀ ਗਾਵੋ ਭਾਈ, ਇਹ ਸਫਲ ਸਦਾ ਸੁਖਦਾਈ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਕਿਰਪਾ ਕਰਨ, ਜਿਸ ਤਰ੍ਹਾਂ ਆਪਣੀ ਸੇਵਾ ਆਪਣੀ ਬਖਸ਼ਿਸ਼ ਕਰਕੇ ਆਪ ਲੈ ਲੈਣ। ਸਤਿਗੁਰੂ ਜੀ ਦਇਆ ਮਿਹਰ ਆਪ ਸਾਰਿਆਂ ਦੀ ਇਸੇ ਤਰ੍ਹਾਂ ਬਣੀ ਰਹੀ। ਜਿਨ੍ਹਾਂ ਜਿਨ੍ਹਾਂ ਨੇ ਸੇਵਾਵਾਂ ਵਿੱਚ ਹਾਜ਼ਰੀਆਂ ਭਰੀਆਂ, ਸਭਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਦੀ ਰੂਪਤਾ ਦੇ ਦਾਨ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਬਾਣੀ ਅਤੇ ਬਾਣੀ ਦੀ ਧਾਰਨੀ ਬਣਾਉਣਾ ਫਤਿਹ ਬੁਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।